ਸ਼੍ਰੀ ਅਕਾਲ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਰਚਨਾ ਸੇਵਕ ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮੁਲਰੋਨੀ ਦਾ 84 ਸਾਲ ਦੀ ਉਮਰ 'ਚ ਦੇਹਾਂਤ ਮੁਲਰੋਨੀ ਦੇਸ਼ ਦੇ 98ਵੇਂ ਪ੍ਰਧਾਨ ਮੰਤਰੀ ਸਨ ਕੈਨੇਡਾ 'ਚ ਭਾਰੀ ਬਰਫ਼ਬਾਰੀ ਕਾਰਨ ਹਾਦਸਾ 20 ਗੱਡੀਆਂ ਦੀ ਹੋਈ ਟੱਕਰ ਕਈ ਲੋਕ ਹੋਏ ਜ਼ਖਮੀ ਕੈਨੇਡਾ ਨੇ ਇੱਕ ਵਾਰ ਫਿਰ ਮੰਦੀ ਨੂੰ ਦਿੱਤੀ ਮਾਤ GDP ਵਿੱਚ 1% ਹੋਇਆ ਵਾਧਾ ਅਤੇ ਸਰੀ ਦੇ ਸਕੂਲਾਂ ਦੀ ਸਮਾਂ ਸਾਰਣੀ ਵਿੱਚ ਹੋਣਗੀਆਂ ਤਬਦੀਲੀਆਂ ਆਬਾਦੀ ਵਧਣ ਨਾਲ ਸਰੀ ਦੇ ਸਕੂਲਾਂ ਤੇ ਵਧਿਆ ਦਬਾਅ ਤੇ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਆਗੂ ਬ੍ਰਾਇਨ ਮੁਲਰੋਨੀ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ ਉਹ ਦੇਸ਼ ਦੇ 18ਵੇਂ ਪ੍ਰਧਾਨ ਮੰਤਰੀ ਸਨ CTV ਨਿਊਜ਼ ਦੀ ਰਿਪੋਰਟ ਮੁਤਾਬਕ 1976 ਵਿੱਚ ਫੈਡਰਲ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰ ਬਣਨ ਦੀ ਆਪਣੀ ਸ਼ੁਰੂਆਤੀ ਬੋਲੀ ਵਿੱਚ ਕਲਾਰਕ ਤੋਂ ਹਾਰ ਦਾ ਸਾਹਮਣਾ ਕਰਨ ਦੇ ਬਾਵਜੂਦ ਮੁਲਰੋਨੀ ਡਟੇ ਰਹੇ ਮੁਲਰੋਨੀ ਨੇ ਆਪਣੀਆਂ ਰਾਜਨੀਤਿਕ ਇੱਛਾਵਾਂ ਨੂੰ ਜਾਰੀ ਰੱਖਿਆ ਅਤੇ ਅੰਤ ਵਿੱਚ 1983 ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਹਾਸਲ ਕੀਤੀ ਆਪਣੇ ਜਿੱਤ ਦੇ ਭਾਸ਼ਣ ਵਿੱਚ ਉਹਨਾਂ ਨੇ ਘੋਸ਼ਣਾ ਕੀਤੀ ਸੀ ਕਿ ਅਸੀਂ ਮਿਲ ਕੇ ਇੱਕ ਬਿਲਕੁਲ ਨਵੀਂ ਪਾਰਟੀ ਅਤੇ ਇੱਕ ਬਿਲਕੁਲ ਨਵਾਂ ਦੇਸ਼ ਬਣਾਉਣ ਜਾ ਰਹੇ ਹਾਂ ਫਿਰ ਉਹਨਾਂ ਨੂੰ ਸੈਂਟਰਲ ਨੋਵਾ NS ਲਈ MP ਦੇ ਰੂਪ ਵਿੱਚ ਚੁਣਿਆ ਗਿਆ ਇਸੇ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਵਿਸ਼ਵ ਪੱਧਰ ਤੇ ਮੁਲਰੋਨੀ ਨੇ ਕੈਨੇਡਾ ਦੀ ਅੰਤਰਰਾਸ਼ਟਰੀ ਸਾਖ ਨੂੰ ਵਧਾਇਆ ਉਹਨਾਂ ਨੇ ਸਰਗਰਮੀ ਨਾਲ ਰੰਗ ਭੇਦ ਦਾ ਵਿਰੋਧ ਕੀਤਾ ਇਸ ਦੇ ਵਿਰੁੱਧ ਦੇਸ਼ਾਂ ਨੂੰ ਇਕਜੁੱਟ ਕੀਤਾ ਅਤੇ ਦੱਖਣੀ ਅਫਰੀਕਾ ਉੱਤੇ ਪਾਬੰਦੀਆਂ ਲਗਾਈਆਂ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਬਰਫ਼ਬਾਰੀ ਹੋ ਰਹੀ ਹੈ ਤਾਜ਼ਾ ਬਰਫ਼ਬਾਰੀ ਅਤੇ ਧੁੰਦ ਕਾਰਨ ਟਰਾਂਸ ਕੈਨੇਡਾ ਹਾਈਵੇ ਤੇ ਘੱਟੋ ਘੱਟ 20 ਗੱਡੀਆਂ ਦੀ ਟੱਕਰ ਹੋ ਗਈ ਇਸ ਟੱਕਰ ਕਾਰਨ ਕਈ ਲੋਕ ਜ਼ਖਮੀ ਹੋ ਗਏ ਕੈਨੇਡੀਅਨ ਪੁਲਿਸ ਨੇ ਦੱਸਿਆ ਕਿ ਕੈਲਗਰੀ ਦੇ ਪੱਛਮ ਵੱਲ ਇੱਕ ਇੰਟਰਸੈਕਸ਼ਨ ਤੇ ਗੱਡੀਆਂ ਦੀ ਟੱਕਰ ਹੋਈ ਅਤੇ ਇਸ ਮਗਰੋਂ ਪੂਰਾ ਹਾਈਵੇ ਜਾਮ ਹੋ ਗਿਆ ਪੁਲਿਸ ਵੱਲੋਂ ਡਰਾਈਵਰਾਂ ਨੂੰ ਸੁਝਾਅ ਦਿੱਤਾ ਗਿਆ ਕਿ ਬੇਹੱਦ ਜ਼ਰੂਰੀ ਹੋਣ ਤੇ ਹੀ ਹਾਈਵੇ ਦੀ ਵਰਤੋਂ ਕੀਤੀ ਜਾਵੇ ਜਾਂ ਬਦਲਵੇਂ ਰੂਟ ਰਾਹੀਂ ਆਪਣੀ ਮੰਜ਼ਿਲ ਤੱਕ ਪੁੱਜਣ ਦੇ ਯਤਨ ਕੀਤੇ ਜਾਣ ਐਨਵਾਇਰਮੈਂਟ ਕੈਨੇਡਾ ਵੱਲੋਂ ਕੈਲਗਰੀ ਅਤੇ ਰੌਕੀ ਵਿਊ ਕਾਉਂਟੀ ਇਲਾਕੇ ਵਿੱਚ ਬਰਫ਼ਬਾਰੀ ਹੋਣ ਅਤੇ ਧੁੰਦ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਮੁਤਾਬਕ 10 ਸੈਂਟੀਮੀਟਰ ਤੱਕ ਬਰਫ਼ਬਾਰੀ ਹੋ ਸਕਦੀ ਹੈ ਜਦਕਿ ਸੰਘਣੀ ਧੁੰਦ ਕਾਰਨ ਸੜਕਾਂ ਤੇ 0 ਵਿਜ਼ੀਬਿਲਟੀ ਹੋਵੇਗੀ ਕੈਲਗਰੀ ਦੇ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਸਭ ਤੋਂ ਜ਼ਿਆਦਾ ਅਸਰ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਇਸੇ ਦੌਰਾਨ ਹਾਦਸੇ ਵਾਲੀ ਥਾਂ ਤੇ ਫਸੇ ਇੱਕ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ ਇਹ ਪਰਿਵਾਰ ਅਮਰੀਕਾ ਵਿੱਚ ਛੁੱਟੀਆਂ ਮਨਾਉਣ ਮਗਰੋਂ ਬੈਂਫ ਇਲਾਕੇ ਵੱਲ ਜਾ ਰਿਹਾ ਸੀ ਜਦੋਂ ਵੱਡੇ ਹਾਦਸੇ ਕਾਰਨ ਰਾਹ ਵਿੱਚ ਫਸ ਗਿਆ ਪਰਿਵਾਰ ਦੇ ਮੁਖੀ ਨੇ ਸੰਘਣੀ ਧੁੰਦ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹਨਾਂ ਦੀ ਗੱਡੀ ਦੇ ਬਿਲਕੁਲ ਅੱਗੇ ਜਾ ਰਹੀ ਕਾਰ ਵੀ ਨਜ਼ਰ ਨਹੀਂ ਆ ਰਹੀ ਸੀ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ ਪੁੱਜਣਾ ਵੀ ਮੁਸ਼ਕਿਲ ਹੋ ਗਿਆ ਤੇ ਅਚਾਨਕ ਕੋਕਰਨ ਅਤੇ ਕੈਨਮੋਰ ਦਰਮਿਆਨ ਹਾਈਵੇ 40 ਨੇੜੇ ਟ੍ਰੈਫਿਕ ਜਾਮ ਹੋ ਗਿਆ ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਹੈ ਅਤੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਹਾਲਾਤ ਦਾ ਜਾਇਜ਼ਾ ਲੈਣ ਦੀ ਵੀ ਉਹਨਾਂ ਦੀ ਹਿੰਮਤ ਨਹੀਂ ਹੋਈ ਕੈਨੇਡਾ ਦੀ ਅਰਥਵਿਵਸਥਾ ਮੰਦੀ ਵਰਗੇ ਹਾਲਾਤ ਤੋਂ ਦੂਰ ਹੁੰਦੀ ਨਜ਼ਰ ਆ ਰਹੀ ਹੈ ਜਦੋਂ ਬੀਤੇ ਵਰ੍ਹੇ ਦੀ ਚੌਥੀ ਤਿਮਾਹੀ ਦੌਰਾਨ ਮੁਲਕ ਦੀ GDP ਵਿੱਚ 1% ਵਾਧਾ ਹੋਣ ਦੇ ਅੰਕੜੇ ਸਾਹਮਣੇ ਆਏ ਆਰਥਿਕ ਵਿਕਾਸ ਵਿੱਚ ਆਈ ਤੇਜ਼ੀ ਮਾਹਿਰਾਂ ਵੱਲੋਂ ਲਗਾਏ ਜਾ ਰਹੇ ਕਿਆਸਾਂ ਤੋਂ ਬਿਲਕੁਲ ਉਲਟ ਹੈ ਕਿਉਂਕਿ ਤੀਜੀ ਤਿਮਾਹੀ ਦੌਰਾਨ GDP ਬੁਰੀ ਤਰ੍ਹਾਂ ਡਾਵਾਂਡੋਲ ਰਹੀ ਦੂਜੇ ਪਾਸੇ 6 ਮਾਰਚ ਨੂੰ ਬੈਂਕ ਆਫ ਕੈਨੇਡਾ ਦੀ ਸਮੀਖਿਆ ਮੀਟਿੰਗ ਹੋਣੀ ਹੈ ਤੇ ਫਿਲਹਾਲ ਵਿਆਜ ਦਰਾਂ ਵਿੱਚ ਕੋਈ ਕਟੌਤੀ ਹੋਣ ਦੇ ਆਸਾਰ ਨਹੀਂ ਹੈ ਮੁਲਕ ਦੇ ਕੁੱਲ ਘਰੇਲੂ ਉਤਪਾਦ ਭਾਵ GDP ਵਿੱਚ ਲਗਾਤਾਰ ਤੀਜੇ ਸਾਲ ਵਾਧਾ ਹੋਇਆ ਪਰ ਵਾਧੇ ਦੀ ਰਫ਼ਤਾਰ 2016 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਚਲੀ ਗਈ ਇਸ ਮਿਆਦ ਦੌਰਾਨ ਸਾਲ 2020 ਨੂੰ ਸ਼ਾਮਿਲ ਨਹੀਂ ਕੀਤਾ ਗਿਆ ਜਦੋਂ ਕੋਰੋਨਾ ਮਹਾਮਾਰੀ ਕਾਰਨ ਹਾਲਾਤ ਬਦਤਰ ਹੋ ਗਏ ਸਨ ਆਰਥਿਕ ਮਾਹਿਰਾਂ ਨੇ ਅੱਗੇ ਕਿਹਾ ਕਿ ਘਰੇਲੂ ਮੰਗ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਵਿੱਚ 2023 ਦੀ ਚੌਥੀ ਤਿਮਾਹੀ ਦੌਰਾਨ 0.2% ਦੀ ਕਮੀ ਦਰਜ ਕੀਤੀ ਗਈ ਜਦਕਿ ਤੀਜੀ ਤਿਮਾਹੀ ਦੌਰਾਨ 0.2% ਵਾਧਾ ਹੋਇਆ ਸੀ ਮਾਹਰਾਂ ਮੁਤਾਬਕ ਕੱਚੇ ਤੇਲ ਦੇ ਐਕਸਪੋਰਟ ਵਿੱਚ ਵਾਧਾ ਅਤੇ ਵਿਦੇਸ਼ਾਂ ਤੋਂ ਮੰਗਵਾਈਆਂ ਜਾ ਰਹੀਆਂ ਵਸਤੂਆਂ ਵਿੱਚ ਕਮੀ GDP ਉੱਪਰ ਵੱਲ ਜਾਣ ਦਾ ਮੁੱਖ ਕਾਰਨ ਬਣੀ TD ਦੇ ਸੀਨੀਅਰ ਇਕਨੋਮਿਸਟ ਜੈਮਜ਼ ਓਰਲੈਂਡੋ ਦਾ ਕਹਿਣਾ ਸੀ ਕਿ ਚੌਥੀ ਤਿਮਾਹੀ ਵਿੱਚ ਕਾਰਾਂ ਦੀ ਵਿਕਰੀ ਤੇਜ਼ ਹੋਈ ਅਤੇ ਛੁੱਟੀਆਂ ਦੌਰਾਨ ਲੋਕ ਸ਼ਾਪਿੰਗ ਮਾਲਸ ਵਿੱਚ ਖਰੀਦਦਾਰੀ ਕਰਦੇ ਨਜ਼ਰ ਆਏ ਸਰੀ ਦੇ ਕੁਝ ਹਾਈ ਸਕੂਲ ਅਗਲੇ ਸਾਲ ਵੱਖਰੀ ਸਮੇਂ ਸਾਰਣੀ ਦੇ ਨਾਲ ਦਿਖਾਈ ਦੇਣਗੇ ਕਿਉਂਕਿ ਕਲਾਸਰੂਮਸ ਵਿੱਚ ਬੱਚਿਆਂ ਦੀ ਗਿਣਤੀ ਕਾਫੀ ਵੱਧ ਚੁੱਕੀ ਹੈ ਅਤੇ ਇਸ ਨਾਲ ਹੀ ਸਕੂਲਾਂ ਤੇ ਦਬਾਅ ਵੱਧ ਰਿਹਾ ਹੈ ਵੱਧ ਰਹੇ ਦਬਾਅ ਨੂੰ ਘੱਟ ਕਰਨ ਲਈ ਸਕੂਲ ਬੋਰਡ ਵੱਲੋਂ ਕਈ ਬਦਲਾਅ ਕੀਤੇ ਜਾ ਰਹੇ ਨੇ ਨਿਯਮਿਤ ਸਕੂਲ ਬੋਰਡ ਦੀ ਮੀਟਿੰਗ ਵਿੱਚ ਕਈ ਨਵੀਆਂ ਤਬਦੀਲੀਆਂ ਨੂੰ ਮਨਜ਼ੂਰੀ ਦਿੱਤੀ ਗਈ ਟਰਸਟੀਆਂ ਨੇ ਡਿਪਟੀ ਸੁਪਰੀਟੈਂਡੈਂਟ ਹੈ ਐਂਡਰਿਊ ਹਾਲੈਂਡ ਦੀ ਇੱਕ ਪੇਸ਼ਕਾਰੀ ਨੂੰ ਸੁਣਿਆ ਜਿਨ੍ਹਾਂ ਦੇ ਅਨੁਸਾਰ ਸਕੂਲ ਦਿਨ ਪ੍ਰਤੀ ਦਿਨ 5 ਪੀਰੀਅਡਸ ਵਿੱਚ ਵੰਡਿਆ ਜਾਵੇਗਾ ਅਤੇ ਵਿਦਿਆਰਥੀ 5 ਵਿੱਚੋਂ 4 ਪੀਰੀਅਡਸ ਵਿੱਚ ਹਾਜ਼ਰ ਹੋਣਗੇ ਹਾਲਾਂਕਿ ਨਵੇਂ ਮਾਡਲ ਨਾਲ ਕੁਝ ਸਕਾਰਾਤਮਕਤਾ ਪੈਦਾ ਹੋ ਸਕਦੀ ਹੈ
ਹਾਲੈਂਡ ਅਤੇ ਬੋਰਡ ਨੇ ਇਹ ਤਬਦੀਲੀ ਕਰਨ ਤੇ ਅਸੰਤੁਸ਼ਟੀ ਪ੍ਰਗਟ ਕੀਤੀ, ਜਿਸ ਨਾਲ ਜ਼ਿਲ੍ਹੇ ਦੇ 7 ਹਾਈ ਸਕੂਲਾਂ ਵਿੱਚ ਇਹ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਡਿਪਟੀ ਸੁਪਰੀਟੈਂਡੈਂਟ ਨੇ ਕਿਹਾ ਕਿ ਸਕੂਲ ਦੀਆਂ ਥਾਵਾਂ ਤੇ ਸਮਰੱਥਾ ਨਵੇਂ ਮਾਡਲ ਨਾਲ ਵੱਧ ਸਕਦੀ ਹੈ, ਪਰ ਸੰਭਾਵਿਤ ਤੌਰ ਤੇ ਸਿਰਫ 10-15% ਤੱਕ ਹੀ ਹੋ ਸਕਦੀ ਹੈ। ਸੂਚੀ ਵਿੱਚ ਤਬਦੀਲੀ ਉਹਨਾਂ ਵਿਦਿਆਰਥੀਆਂ ਲਈ ਵੀ ਸਵਾਗਤ ਯੋਗ ਹੋ ਸਕਦੀ ਹੈ ਜਿਨ੍ਹਾਂ ਕੋਲ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਨੇ ਅਤੇ ਦਿਨ ਵਿੱਚ ਪਹਿਲਾਂ ਜਾਂ ਬਾਅਦ ਵਿੱਚ ਸ਼ੁਰੂ ਕਰਨਾ ਇਸ ਨੂੰ ਅਨੁਕੂਲ ਕਰਨ ਵਿੱਚ ਮਦਦ ਕਰੇਗਾ। ਪਰ ਹਾਲੈਂਡ ਨੇ ਕਿਹਾ ਅਜਿਹੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਹੈ। ਇਸ ਨਾਲ ਹੀ ਉਹਨਾਂ ਨੇ ਆਲੋਚਨਾ ਕਰਦੇ ਹੋਏ ਕਿਹਾ ਕਿ ਜੇ ਉਹਨਾਂ ਮਾਪਿਆਂ ਬਾਰੇ ਸੋਚਿਆ ਜਾਵੇ ਜਿਨ੍ਹਾਂ ਦਾ ਇੱਕ ਬੱਚਾ ਹਾਈ ਸਕੂਲ ਵਿੱਚ ਅਤੇ ਐਲੀਮੈਂਟਰੀ ਵਿੱਚ ਹੈ, ਉਹਨਾਂ ਲਈ ਇਹ ਤਬਦੀਲੀ ਵੱਡੀ ਸਮੱਸਿਆ ਬਣੇਗੀ ਕਿਉਂਕਿ ਵੱਖੋ ਵੱਖ ਸਮੇਂ ਸਾਰਨੀਆਂ ਨਾਲ ਉਹ ਚਿੰਤਿਤ ਹੋਣਗੇ। ਇਸ ਦੇ ਨਾਲ ਉਹਨਾਂ ਕਿਹਾ ਇਸ ਨਾਲ ਉਹਨਾਂ ਅਧਿਆਪਕਾਂ ਲਈ ਵੀ ਚੁਣੌਤੀਆਂ ਪੇਸ਼ ਆਉਣਗੀਆਂ ਜੋ ਸਕੂਲ ਵਿੱਚ ਖੇਡ ਟੀਮਾਂ ਨੂੰ ਕੋਚਿੰਗ ਦਿੰਦੇ ਨੇ। ਸਟਾਫ ਦੀਆਂ ਮੀਟਿੰਗ ਯੋਜਨਾਬੰਦੀ ਵਿੱਚ ਵਿਘਨ ਪਵੇਗਾ ਕਿਉਂਕਿ ਅਧਿਆਪਕ ਵੀ ਵੱਖ ਵੱਖ ਸਮਾਂ ਸਾਰਨੀ 'ਤੇ ਆਉਣਗੇ ਅਤੇ ਇੱਕੋ ਸਮੇਂ ਸਾਰਿਆਂ ਲਈ ਮੀਟਿੰਗ ਕਰਨਾ ਮੁਸ਼ਕਿਲ ਹੋਵੇਗਾ। ਗ੍ਰੈਂਡ ਵਿਊ ਹਾਈਟਸ, ਜੋ ਕਿ ਅਰਲ ਮੈਰੀਅਟ ਵਿਖੇ ਦਾਖਲੇ ਨੂੰ ਘੱਟ ਕਰਨ ਲਈ 2021 ਵਿੱਚ ਖੋਲ੍ਹਿਆ ਗਿਆ ਸੀ, ਉਹਨਾਂ 3 ਹਾਈ ਸਕੂਲਾਂ ਵਿੱਚੋਂ ਇੱਕ ਹੈ ਜੋ ਵਿਦਿਆਰਥੀਆਂ ਵਿੱਚ ਤੇਜ਼ੀ ਨਾਲ ਵਾਧਾ ਦੇਖ ਰਿਹਾ ਹੈ। 1500 ਵਿਦਿਆਰਥੀਆਂ ਦੀ ਸਮਰੱਥਾ ਵਾਲੇ ਇਸ ਸਕੂਲ ਵਿੱਚ 1800 ਵਿਦਿਆਰਥੀਆਂ ਦੇ ਨੇੜੇ ਤੇੜੇ ਵਿਦਿਆਰਥੀ ਨੇ। ਇਸੇ ਤਰ੍ਹਾਂ ਲਾਰਡ ਟਵੀਡਸ ਮੋਇਰ ਕੋਲ 1450 ਦੀ ਸਮਰੱਥਾ ਹੈ, ਪਰ ਇਸ ਵਿੱਚ 1800 ਵਿਦਿਆਰਥੀ ਨੇ, ਜਿਸ ਦੇ ਚੱਲਦੇ ਸਮੇਂ ਸਾਰਨੀ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਅਰਾਈਵ ਕੈਨ ਨਾਲ ਕੰਮ ਕਰਨ ਵਾਲੀ ਕੰਪਨੀ, ਜਿਸ ਨੂੰ ਉਸਦੇ ਕੰਮ ਬਦਲੇ $7.9 million ਦਿੱਤੇ ਗਏ, ਡੈਲੀਅਨ ਐਂਟਰਪ੍ਰਾਈਜ਼ ਦੇ CEO ਦੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦਾ ਕਰਮਚਾਰੀ ਹੋਣ ਦਾ ਪਤਾ ਲੱਗਣ ਉੱਤੇ ਸਾਬਕਾ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਹੈਰਾਨੀ ਪ੍ਰਗਟਾਈ। ਪਾਰਲੀਮੈਂਟ ਹਿੱਲ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਨੇ ਆਖਿਆ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਇਹ ਪਤਾ ਲੱਗਣ ਉੱਤੇ ਉਹਨਾਂ ਨੂੰ ਕਾਫ਼ੀ ਹੈਰਾਨੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸੰਬੰਧਿਤ ਮੁਲਾਜ਼ਮ ਡੇਵਿਡ ਯੂਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ DND ਵੱਲੋਂ ਡੈਲੀਅਨ ਨਾਲ ਕੀਤਾ ਗਿਆ ਕੰਟਰੈਕਟ ਵੀ ਸਸਪੈਂਡ ਕੀਤਾ ਜਾ ਰਿਹਾ ਹੈ। DND ਨੇ ਇਹ ਵੀ ਆਖਿਆ ਕਿ ਇਸ ਸੰਬੰਧ ਵਿੱਚ ਅੰਦਰੂਨੀ ਜਾਂਚ ਕਰਵਾਈ ਜਾਵੇਗੀ। ਪੱਤਰਕਾਰਾਂ ਵੱਲੋਂ ਆਨੰਦ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਸਰਕਾਰੀ ਮੁਲਾਜ਼ਮਾਂ ਨੂੰ ਕੰਟਰੈਕਟ ਦੇਣਾ ਆਮ ਸਰਕਾਰੀ ਰੁਝਾਨ ਹੈ, ਤਾਂ ਆਨੰਦ ਨੇ ਆਖਿਆ ਕਿ ਕਨਫਲਿਕਟ ਆਫ ਇੰਟਰਸਟ ਤੋਂ ਬਚਣ ਲਈ ਕੁਝ ਨਿਯਮ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਰਾਈਵਕੈਨ ਐਪ ਮਾਮਲੇ ਦੀ ਚੱਲ ਰਹੀ ਜਾਂਚ ਦੇ ਸੰਬੰਧ ਵਿੱਚ ਆਖਿਆ ਕਿ ਜਿਸ ਕਿਸੇ ਨੇ ਵੀ ਕੋਵਿਡ-19 ਮਹਾਂਮਾਰੀ ਦੇ ਸਮੇਂ ਦੌਰਾਨ ਲਾਹਾ ਖੱਟਣ ਦੀ ਕੋਸ਼ਿਸ਼ ਕੀਤੀ ਹੋਵੇਗੀ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਉੱਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕੰਜ਼ਰਵੇਟਿਵ ਆਗੂ ਪੀਰੇ ਪੋਲੀਵਰ ਨੇ ਆਖਿਆ ਕਿ ਯੂਓ ਨੂੰ ਫੌਰੀ ਤੌਰ ਉੱਤੇ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ। ਇਸ ਦਰਮਿਆਨ NDP ਆਗੂ ਜਗਮੀਤ ਸਿੰਘ ਨੇ ਆਖਿਆ ਕਿ ਅਸੀਂ ਤਾਂ ਪਹਿਲਾਂ ਹੀ ਅਰਾਈਵਕੈਨ ਐਪ ਬਾਰੇ ਕੰਟਰੈਕਟ ਕਿਸੇ ਪ੍ਰਾਈਵੇਟ ਕੰਪਨੀ ਨੂੰ ਦੇਣ ਉੱਤੇ ਇਤਰਾਜ਼ ਪ੍ਰਗਟਾਇਆ ਸੀ, ਪਰ ਲਿਬਰਲਾਂ ਨੇ ਸਾਡੀ ਇੱਕ ਨਹੀਂ ਸੁਣੀ। ਇਸ ਮੌਕੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਆਖਿਆ ਕਿ ਜਿਵੇਂ ਹੀ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਕਿ ਡੈਲੀਅਨ ਦਾ CEO DND ਦਾ ਕਰਮਚਾਰੀ ਹੈ, ਤਾਂ ਕੰਪਨੀ ਨਾਲੋਂ ਸਾਰੇ ਕੰਟਰੈਕਟ ਸਸਪੈਂਡ ਕਰ ਦਿੱਤੇ ਗਏ ਨੇ ਅਤੇ ਸੰਬੰਧਿਤ ਮੁਲਾਜ਼ਮ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ। ਉਹਨਾਂ ਇਹ ਵੀ ਆਖਿਆ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ। ਭਾਰਤੀ ਲੋਕਾਂ ਨੂੰ ਕੈਨੇਡਾ ਅਮਰੀਕਾ ਦਾ ਸੁਪਨਾ ਦਿਖਾਉਣ ਵਾਲੇ ਠੱਗ ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਨੇ ਅਤੇ ਆਪਣੀਆਂ ਜੇਬਾਂ ਭਰਨ ਵਿੱਚ ਕਾਮਯਾਬ ਵੀ ਹੋ ਰਹੇ ਨੇ। ਤਾਜ਼ਾ ਮਾਮਲਾ UK ਤੋਂ ਸਾਹਮਣੇ ਆਇਆ ਹੈ, ਜਿੱਥੇ ਬ੍ਰਿਟਿਸ਼ ਏਅਰਵੇਜ਼ ਦੇ ਇੱਕ ਸਾਬਕਾ ਮੁਲਾਜ਼ਮ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਭਾਰਤੀ ਲੋਕਾਂ ਨੂੰ ਬਗੈਰ ਵੀਜ਼ੇ ਤੋਂ ਟੋਰਾਂਟੋ ਅਤੇ ਵੈਂਕੂਵਰ ਪਹੁੰਚਾਇਆ ਅਤੇ $51 ਲੱਖ ਯਾਨੀ $42 ਕਰੋੜ ਇਕੱਠੇ ਕਰ ਲਏ। ਦੀ ਟਾਈਮਸ ਆਫ ਲੰਡਨ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਏਅਰਵੇਜ਼ ਵਿੱਚ ਨੌਕਰੀ ਦੌਰਾਨ 24 ਸਾਲ ਦਾ ਨੌਜਵਾਨ ਲੰਡਨ ਦੇ ਹੀਥਰੋ ਹਵਾਈ ਅੱਡੇ ਤੇ ਤੈਨਾਤ ਸੀ। ਨੌਜਵਾਨ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ, ਪਰ ਸੰਭਾਵਿਤ ਤੌਰ ਤੇ ਨੌਕਰੀ ਦੌਰਾਨ ਹੀ ਇਸ ਨੇ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕਾਂ ਨੂੰ ਟੋਰਾਂਟੋ ਜਾਂ ਵੈਂਕੂਵਰ ਜਾਣ ਵਾਲੀਆਂ ਫਲਾਈਟਸ ਵਿੱਚ ਬਿਠਾਇਆ। ਕੈਨੇਡਾ ਭੇਜਣ ਲਈ ਹਰ ਬੰਦੇ ਤੋਂ £25,000 ਯਾਨੀ $26 ਲੱਖ ਵਸੂਲ ਕੀਤੇ ਜਾਂਦੇ ਅਤੇ ਬਗੈਰ ਵੀਜ਼ਾ ਤੋਂ ਬੰਦਾ ਆਪਣੇ ਸੁਪਨਿਆਂ ਦੇ ਮੁਲਕ ਵਿੱਚ ਪਹੁੰਚ ਜਾਂਦਾ। ਕੈਨੇਡਾ ਪੁੱਜਣ ਤੋਂ ਬਾਅਦ ਭਾਰਤੀ ਲੋਕ ਪਨਾਹ ਦਾ ਦਾਅਵਾ ਕਰ ਦਿੰਦੇ, ਪਰ ਵੱਡੀ ਗਿਣਤੀ ਵਿੱਚ ਸ਼ਰਨਾਰਥੀਆਂ ਦੀ ਆਮਦ ਤੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਾਲੇ ਹੈਰਾਨ ਸੀ। ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਦੋਂ ਦੇਖਿਆ ਕਿ ਲੰਡਨ ਤੋਂ ਆ ਰਹੀਆਂ ਫਲਾਈਟਸ ਵਿੱਚ ਭਾਰਤੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਤਾਂ ਉਹਨਾਂ ਹੀਥਰੋ ਹਵਾਈ ਅੱਡੇ ਨਾਲ ਸੰਪਰਕ ਕੀਤਾ। ਆਮ ਤੌਰ 'ਤੇ ਕਿਸੇ ਵੀ ਏਅਰਲਾਈਨ ਦੇ ਮੁਲਾਜ਼ਮ ਹੀ ਚੈੱਕ ਕਰਦੇ ਨੇ ਕਿ ਜਹਾਜ਼ ਚੜ੍ਹ ਰਹੇ ਮੁਸਾਫਰ ਕੋਲ ਲੋੜੀਂਦੇ ਦਸਤਾਵੇਜ਼ ਮੌਜੂਦ ਨੇ ਜਾਂ ਨਹੀਂ। ਬ੍ਰਿਟਿਸ਼ ਏਅਰਵੇਜ਼ ਦਾ ਇਹ ਮੁਲਾਜ਼ਮ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਲੋਕਾਂ ਨੂੰ ਜਹਾਜ਼ ਅੰਦਰ ਦਾਖਲ ਹੋਣ ਵਿੱਚ ਮਦਦ ਕਰਦਾ, ਜਦਕਿ ਉਹਨਾਂ ਕੋਲ ਕੈਨੇਡਾ ਜਾਣ ਲਈ ਕੋਈ ਵੀਜ਼ਾ ਹੀ ਨਹੀਂ ਸੀ ਹੁੰਦਾ। ਨੌਜਵਾਨ ਵੱਲੋਂ ਇੰਨੀ ਚਲਾਕੀ ਨਾਲ ਜਾਲ ਵਿਛਾਇਆ ਜਾਂਦਾ ਸੀ ਕਿ ਬਗੈਰ ਵੀਜ਼ਾ ਵਾਲੇ ਮੁਸਾਫਰਾਂ ਦੀ ਚੈਕਿੰਗ ਕਰਨ ਦੀ ਜ਼ਿੰਮੇਵਾਰੀ ਵੀ ਉਸੇ ਨੂੰ ਹੀ ਮਿਲਦੀ ਸੀ। ਇਸੇ ਦੌਰਾਨ ਮਾਮਲੇ ਦੀ ਪੜਤਾਲ ਆਰੰਭ ਹੋ ਗਈ ਅਤੇ ਬੀਤੀ 6 ਜਨਵਰੀ ਨੂੰ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ।
पर जल्द ही उसनू जमानत मिल गई अते अपनी पार्टनर नाल ओ भारत फरार हो गया। नजायज तरीके नाल कीती कमाई राही उसने भारत विच कई जायदादां खरीदियां अते हुण तक यूके सरकार दे काबू नहीं आया। भारत अते यूके दरमियान हवालगी संधि है पर भारतीय पुलिस भी उसनू काबू करन विच सफल नहीं हो सकी। कैनेडा विखे टोरंटो एरिया दे हस्पतालां विच 29 फरवरी नू 5 बच्चियां ने जन्म लिया। इन्हां विचों 3 बच्चे भारतीय परिवारां दे घर पैदा होए। कैनेडा विच इस वेले 29 फरवरी नू जम्मे लोकां दी गिणती तकरीबन 26 तों 27 हज़ार है, जबकि पूरी दुनिया विच 50 लख लोकां दा जन्मदिन लीप वरे दौरान ही आंदा है। ट्रिलियम हेल्थ पार्टनर्स वालों सांझियां कीतियां तस्वीरां विच 29 फरवरी 2024 नू जम्मे बच्चे अपने मापियां नाल देखे जा सकदे ने। मिसिसागा दे हस्पताल अते क्वींसवे हेल्थ सेंटर विच इन्हां बच्चियां दा जन्म होया। हुण 4 साल बाद इन्हां दा पहला जन्मदिन आवेगा। दूजे पासे 29 फरवरी नू जम्मे पर हुण बालग हो चुके कुछ लोग टोरंटो दे डाउनटाउन विखे एक रेस्टोरेंट विच इकट्ठे होए अते अपने जन्मदिन दीआं खुशियां सांझियां कीतियां। जशन मनाउण वालियां विच एक जोड़ा भी शामिल सी जिन्हां दी ब्याह वरेगंढ 29 फरवरी नू हुंदी है अते 4 साल बाद पूरे जोश नाल दोवें जणे इह दिन मनांदे ने। अमरीका दे कैलीफोर्निया सूबे विच बे एरिया दा जिक्र कीता जावे तां 20 तों वध बच्चियां ने 4 साल बाद आउण वाले दिन विच अखां खोलियां। अमरीका विच अंदाजन 360,000 लोकां दा जन्मदिन 29 फरवरी नू आंदा है। ईटोबिको विच वापरे गोलीकांड विच एक व्यक्ति दी मौत हो गई। एक गड्डी विच सवार लोकां वल्लों दूजी गड्डी उत्ते गोलियां चलाण दीआं खबरां दे के वीरवार नू दुपहरे 12:30 बजे तो बाद टोरंटो पुलिस नू फिंच अवेन्यू वैसट ते वैस्ट्रम ड्राइव इलाके विच सद्या गया। जदों जांचकार मौके उत्ते पहुंचे तो उन्हां नू एक व्यक्ति गोलियां लगन कारण जख्मी हालत विच एक गड्डी विच मिलिया। उस नू मौके उत्ते ही मृतक ऐलान दिता गया। अजे इह पता नहीं लग सकिया कि शूटिंग समय गड्डी विच कोई होर शख्स भी मौजूद सीगा या नहीं। होमिसाइड एंड मिसिंग परसन यूनिट के डिटेक्टिव अल बार्ट लैट ने दसिया कि शकियां नू आखिरी बारी काले रंग की होंडा विच फिंच अवेन्यू उत्ते पछम वल जांदियां वेख्या गया। बार्टलेट ने आख्या कि उन्हां नू लगता है कि गड्डी दे पिछले हिस्से नू नुकसान पहुंचे है। शकियां संबंधी कोई वेरवे जारी नहीं किए गए पर बार्टलेट का कहना है कि उन्हां मुताबक 2 शकी इस सारे घटनाक्रम विच शामिल सी। ओशवा विच एक व्यक्ति उत्ते चाकू नाल वार करके उस नाल लुट खो करन वाले 2 लड़कियां उत्ते कई दर्जन चार्जिज लगाए गए ने। दरहाम पुलिस ने दसिया कि दोपहरे 1 बजे तो पहला 2 लड़के जॉन स्ट्रीट वैसट ते सेंटर स्ट्रीट साउथ इलाके विच एक व्यक्ति कोल पहुंचे ते उस कोलों उसका सैलफोन खो लिया। जदों उस व्यक्ति ने अपना सैलफोन वापस लैन की कोशिश की तो एक लड़के ने उस उत्ते चाकू नाल वार कर दिता। दोवें शकी मौके तो फरार हो गए पर कुछ ही दूरी उत्ते पुलिस वालों उन्होंने हिरासत विच लै लिया गया। ओशवा दे 13 साल लड़के खिलाफ गुस्से नाल हमला करन लुको के हथियार कोल रखन वर्गे 10 चार्जिज लाए गए ने। ओशवा दे दूजे 12 साल लड़के नू भी लुट खो करन हथियार रखन वर्गे चार्जिज दा सामना करना पवेगा। साबका राष्ट्रपति डोनाल्ड ट्रंप नू अमरीकी राष्ट्रपति चोणां तो पहला एक वड्डा झटका लगा है। अमरीका दे इलिनोइस राज दी एक स्थानक अदालत ने 6 जनवरी 2021 दे US कैपिटल दंगियां विच उन्हां दी कथित भूमिका लई प्राइमरी वोटिंग विच हाजिर होण तो रोक लगा दित्ती है। इलिनोइस सूबे विच अमरीका दे साबका राष्ट्रपति डोनाल्ड ट्रंप ते अजिही पाबंदी लगाउण वाला ए अमरीका दा तीजा राज बन गया है। इस तो पहला कोलोराडो अते मेन सूबे ने डोनाल्ड ट्रंप नू राज दे प्राइमरी बैलेट तो अयोग करार दिता है। इलिनोइस विच 19 मार्च नू प्राइमरी चोणां होणगीआं। इलिनोइस कुक काउंटी सर्कट दे जज टरेसी पोटर ने वोटरां दा पक्ष लिया अते ट्रंप नू अयोग करार दे दिता। ट्रंप नू अपील करन लई समां वी दित्ता गया है। जज ने अपना फैसला 14वीं सोध दी व्यवस्था ते आधारित कीता। 14वीं सोध दा सैक्शन 3 उन्हां लोकां ते पाबंदी लगांदा है जो बगावत जां बगावत विच शामिल हुंदे ने। जज पोटर ने कहा कि वह अपने फैसले नू रोक रहे ने क्योंकि वह इलिनोइस अपीली अदालतां विच अपनी अपील अते US सुप्रीम कोर्ट दे संभावित फैसले दी उम्मीद करदे ने। अदालत विच ट्रंप दे खिलाफ बहस करन वाले वकीलां दे एक समूह फ्री स्पीच फॉर पीपल ने इस फैसले नू इतिहासिक जित करार दिता है। पिछले साल 19 दिसंबर नू कोलोराडो सुप्रीम कोर्ट ने ट्रंप नू राष्ट्रपति दी प्राइमरी बैलेट तो रोक दिता सी। कोलोराडो दी अदालत ने 19 दिसंबर नू एक फैसले विच कहा कि डोनाल्ड ट्रंप ने 6 जनवरी 2021 नू US कैपिटल हिल ते होए हमले नू उकसाउंदिआं मुड़ चोण लड़न दा अपना अधिकार गवा दिता है। कोलोराडो तो बाद मेन सूबे ने भी दिसंबर के आखिरी हफ्ते अजिहा ही फैसला सुनाया सी। मेन सैकटरी ऑफ स्टेट शैना बैलोज ने कहा कि ट्रंप ने 2020 दियां राष्ट्रपति चोणां विच धोखाधड़ी बारे झूठे दावियां नू फैला के समर्थकां नू बगावत लई उकसाया अते फिर उन्हां नू संसद मैंबरां नू वोट प्रमाणित करन तो रोकण लई US कैपिटल ते मार्च करन दी अपील की।
ਤੁਹਾਨੂੰ ਦੱਸ ਦਈਏ ਕਿ 2024 ਲਈ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਵਿੱਚ ਡੋਨਲਡ ਟਰੰਪ ਦਾ ਨਾਮ ਸਭ ਤੋਂ ਅੱਗੇ ਹੈ। ਹੁਣ ਟਰੰਪ ਦੇ ਵਕੀਲ ਇਲੀਨੋਇਸ ਅਦਾਲਤ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਪਹੁੰਚ ਗਏ ਨੇ। ਜੇਕਰ ਅਮਰੀਕੀ ਸੁਪਰੀਮ ਕੋਰਟ ਇਹਨਾਂ ਸੂਬਿਆਂ ਦੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੀ ਹੈ ਤਾਂ ਡੋਨਲਡ ਟਰੰਪ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਜਾਣਗੇ ਤੇ ਜੇਕਰ ਸੁਪਰੀਮ ਕੋਰਟ ਰਾਜ ਦੀ ਅਦਾਲਤ ਦੇ ਫੈਸਲੇ ਤੇ ਰੋਕ ਲਗਾਉਂਦੀ ਹੈ ਤਾਂ ਟਰੰਪ ਚੋਣ ਲੜਨ ਦੇ ਯੋਗ ਹੋ ਜਾਣਗੇ। ਜੋ ਬਾਈਡਨ ਨੇ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਸਮੇਂ ਵਾਅਦਾ ਕੀਤਾ ਸੀ ਕਿ ਸਾਬਕਾ ਰਾਸ਼ਟਰਪਤੀ ਟਰੰਪ ਦੀਆਂ ਕਠੋਰ ਪ੍ਰਵਾਸ ਨੀਤੀਆਂ ਨੂੰ ਰੱਦ ਕਰਕੇ ਪ੍ਰਵਾਸੀਆਂ ਪ੍ਰਤੀ ਵਧੇਰੇ ਨਿਮਰ ਰਵੱਈਆ ਰੱਖਣਗੇ। ਨੀਤੀਆਂ ਬਦਲਣ ਦੀ ਦਿਸ਼ਾ ਵਿੱਚ ਉਹਨਾਂ ਨੂੰ ਕੁਝ ਸਫਲਤਾ ਵੀ ਮਿਲੀ, ਪਰ ਦੇਸ਼ ਦੀਆਂ ਪ੍ਰਵਾਸ ਨੀਤੀਆਂ ਵਿੱਚ ਕੋਈ ਸਮੁੱਚਾ ਸੁਧਾਰ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਕਿਸੇ ਪਾਸੇ ਨਹੀਂ ਲੱਗ ਸਕੀਆਂ। ਉਹ ਕੋਸ਼ਿਸ਼ਾਂ ਅਮਰੀਕਾ ਦੀਆਂ ਸਰਹੱਦਾਂ ਉੱਪਰ ਆਏ ਦਿਨ ਜੱਥਿਆਂ ਦੇ ਜੱਥੇ ਦੇ ਰੂਪ ਵਿੱਚ ਪਹੁੰਚੇ ਪ੍ਰਵਾਸੀਆਂ ਦੇ ਬੋਝ ਥੱਲੇ ਦੱਬ ਕੇ ਰਹਿ ਗਈਆਂ। ਪਿਛਲੇ ਕੁਝ ਸਮੇਂ ਦੌਰਾਨ ਅਮਰੀਕਾ ਪਹੁੰਚਣ ਵਾਲੇ ਪ੍ਰਵਾਸੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ। ਪ੍ਰਵਾਸ ਬਾਈਡਨ ਪ੍ਰਸ਼ਾਸਨ ਦੀ ਸਿਆਸੀ ਸਿਰਪੀੜ ਤੇ ਸਿਆਸੀ ਖਤਰਾ ਬਣਿਆ ਹੋਇਆ ਹੈ। ਦੋ ਤਿਹਾਈ ਤੋਂ ਜ਼ਿਆਦਾ ਅਮਰੀਕੀਆਂ ਦਾ ਕਹਿਣਾ ਹੈ ਕਿ ਉਹ ਪ੍ਰਵਾਸ ਨਾਲ ਨਜਿੱਠਣ ਵਿੱਚ ਬਾਈਡਨ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਨੇ। ਇਸੇ ਸਾਲ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਬਾਈਡਨ ਸੰਭਾਵੀ ਤੌਰ ਉੱਤੇ ਇੱਕ ਵਾਰ ਫਿਰ ਟਰੰਪ ਦੇ ਸਾਹਮਣੇ ਖੜ੍ਹੇ ਹੋਣਗੇ। ਟਰੰਪ ਨੇ ਲੋਕਾਂ ਦੀ ਇਸ ਅਸੰਤੁਸ਼ਟੀ ਨੂੰ ਆਪਣੇ ਪੱਖ ਵਿੱਚ ਕਰਨ ਦੇ ਯਤਨ ਵੀ ਸ਼ੁਰੂ ਕਰ ਦਿੱਤੇ ਨੇ। ਬਾਈਡਨ ਨੂੰ ਦਬਾਅ ਦੇ ਤਹਿਤ ਆਪਣੀ ਨੀਤੀ ਨੂੰ ਬਦਲ ਕੇ ਸਾਬਕਾ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਦੇ ਨਜ਼ਦੀਕ ਕਰਨਾ ਪਿਆ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਬਦਲਾਅ ਨਾਲ ਕੀ ਬਾਈਡਨ ਨੂੰ ਚੋਣਾਂ ਵਿੱਚ ਫਾਇਦਾ ਹੋਵੇਗਾ ਜਾਂ ਨਹੀਂ। ਇੱਕ ਛੋਟੀ ਮਿਆਦ ਦੇ ਫੰਡਿੰਗ ਬਿੱਲ ਤੇ ਸੈਨੇਟ ਦੀ ਗ੍ਰੀਨ ਲਾਈਟ ਇੱਕ ਸੰਭਾਵੀ ਅਮਰੀਕੀ ਸਰਕਾਰ ਦੇ ਬੰਦ ਹੋਣ ਤੋਂ ਬਚਾਉਂਦੀ ਹੈ। ਵੀਰਵਾਰ ਦੁਪਹਿਰ ਨੂੰ ਸੈਨੇਟ ਵੱਲੋਂ ਇੱਕ ਥੋੜੇ ਸਮੇਂ ਲਈ ਫੰਡਿੰਗ ਬਿੱਲ ਪਾਸ ਕਰਨ ਤੋਂ ਬਾਅਦ ਇੱਕ ਸੰਭਾਵੀ US ਸਰਕਾਰ ਦੇ ਸ਼ਟਡਾਊਨ ਨੂੰ ਥੋੜਾ ਜਿਹਾ ਟਾਲਿਆ ਗਿਆ। ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਵੋਟ ਤੋਂ ਪਹਿਲਾਂ ਫਲੋਰ ਤੇ ਬੋਲੇ ਅਤੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਜਲਦੀ ਹੋਵੇਗਾ। ਇਹ ਸਮਝੌਤਾ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਦੋ ਪੱਖੀ ਹੋਣ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਦੋਂ ਅਮਰੀਕੀ ਲੋਕਾਂ ਲਈ ਕੰਮ ਕਰਨ ਨੂੰ ਉੱਚ ਤਰਜੀਹ ਦਿੱਤੀ ਜਾਂਦੀ ਹੈ ਤਾਂ ਚੰਗੀਆਂ ਚੀਜ਼ਾਂ ਹੋ ਸਕਦੀਆਂ ਨੇ। ਤੁਹਾਨੂੰ ਦੱਸ ਦਈਏ ਕਿ ਇਹ ਬਿੱਲ ਮਾਰਚ ਦੀਆਂ ਵੱਖ ਵੱਖ ਤਰੀਕਾਂ ਤੱਕ ਖੇਤੀਬਾੜੀ, ਆਵਾਜਾਈ, ਅੰਦਰੂਨੀ, ਪੈਂਟਾਗਨ, ਹੋਮਲੈਂਡ, ਸੁਰੱਖਿਆ, ਸਿਹਤ ਅਤੇ ਰਾਜ ਸਮੇਤ ਕਈ ਵਿਭਾਗਾਂ ਲਈ ਅਸਥਾਈ ਫੰਡ ਪ੍ਰਦਾਨ ਕਰਦਾ ਹੈ। ਇਹ ਬਿੱਲ ਵਿੱਤੀ ਜ਼ਿੰਮੇਵਾਰੀ ਐਕਟ, ਅਖਤਿਆਰੀ ਖਰਚ ਸੀਮਾਵਾਂ ਅਤੇ ਜਨਵਰੀ ਦੇ ਟੌਪ ਲਾਈਨ ਖਰਚ ਸਮਝੌਤੇ ਦੀ ਪਾਲਣਾ ਕਰਨਗੇ। ਇਹ ਬਿੱਲ 12 ਸਾਲਾਨਾ ਖਰਚ ਬਿੱਲਾਂ ਵਿੱਚੋਂ 6 ਤੇ ਕਾਂਗਰਸ ਦੇ ਨੇਤਾਵਾਂ ਵੱਲੋਂ ਪਹੁੰਚੀ ਸਹਿਮਤੀ ਨੂੰ ਵੀ ਦਰਸਾਉਂਦਾ ਹੈ, ਜਿਸ ਨੂੰ ਉਹ ਇੱਕ ਹੋਰ ਅੰਸ਼ਕ ਬੰਦ ਨੂੰ ਰੋਕਣ ਲਈ 8 ਮਾਰਚ ਤੋਂ ਪਹਿਲਾਂ ਲਾਗੂ ਕਰਨ ਦਾ ਇਰਾਦਾ ਰੱਖਦੇ ਨੇ। ਅਮਰੀਕਾ 'ਚ ਰਹਿ ਰਹੇ ਭਾਰਤੀਆਂ 'ਚੋਂ ਸਿੱਖ ਭਾਈਚਾਰਾ ਸਭ ਤੋਂ ਵੱਧ ਹਮਲਿਆਂ ਦੀਆਂ ਘਟਨਾਵਾਂ ਦਾ ਸਾਹਮਣਾ ਕਰ ਰਿਹਾ ਹੈ। ਹਾਲ ਹੀ ਵਿੱਚ ਅਲਬਾਮਾ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਰਾਗੀ ਗਰੁੱਪ ਦੇ ਮੈਂਬਰ 29 ਸਾਲਾ ਰਾਜ ਸਿੰਘ ਦਾ 24 ਫਰਵਰੀ ਨੂੰ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ। ਉੱਥੇ ਹੀ ਅਮਰੀਕੀ ਜਾਂਚ ਏਜੰਸੀ FBI ਮੁਤਾਬਕ 2022 ਵਿੱਚ ਸਿੱਖਾਂ 'ਤੇ ਹਮਲਿਆਂ ਦੀਆਂ 151 ਘਟਨਾਵਾਂ ਹੋਈਆਂ, ਜੋ 2023 ਵਿੱਚ ਵੱਧ ਕੇ 198 ਹੋ ਗਈਆਂ। ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਮਾਮਲਿਆਂ ਵਿੱਚ 31% ਵਾਧਾ ਹੋਇਆ ਹੈ। ਅਮਰੀਕਾ ਦੇ ਨਿਊਯਾਰਕ, ਕੈਲੀਫੋਰਨੀਆ, ਨਿਊ ਜਰਸੀ, ਅਲਬਾਮਾ, ਵਾਸ਼ਿੰਗਟਨ ਅਤੇ ਸਿਆਟਲ ਵਿੱਚ ਸਿੱਖਾਂ ਵਿਰੁੱਧ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਨੇ, ਜਦੋਂ ਕਿ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਭਾਈਚਾਰਿਆਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਕੁੱਲ ਮਾਮਲੇ 2022 ਵਿੱਚ 375 ਅਤੇ 2023 ਵਿੱਚ 520 ਸਨ। ਵਰਣਨਯੋਗ ਹੈ ਕਿ ਅਮਰੀਕਾ ਵਿੱਚ ਰਹਿੰਦੇ 50 ਲੱਖ ਭਾਰਤੀਆਂ ਵਿੱਚੋਂ ਸਿੱਖਾਂ ਦੀ ਆਬਾਦੀ 5 ਲੱਖ ਹੈ। ਅਮਰੀਕਾ ਵਿੱਚ ਸਿੱਖ ਗਲਤ ਪਛਾਣ ਦਾ ਵੀ ਸ਼ਿਕਾਰ ਹੋ ਜਾਂਦੇ ਨੇ। ਉਹਨਾਂ ਦੀ ਦਸਤਾਰ ਅਤੇ ਦਾੜ੍ਹੀ ਕਾਰਨ ਉਹਨਾਂ ਨੂੰ ਮੁਸਲਮਾਨ ਸਮਝ ਲਿਆ ਜਾਂਦਾ ਹੈ। ਦੱਸਣਯੋਗ ਹੈ ਕਿ ਕੁਝ ਘਟਨਾਵਾਂ ਵਿੱਚ ਹਮਲਾਵਰਾਂ ਨੇ ਪੁਲਿਸ ਕੋਲ ਇਸ ਗੱਲ ਦਾ ਖੁਲਾਸਾ ਕੀਤਾ ਹੈ। ਤੇ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਚੋਣਵੀਆਂ ਖਬਰਾਂ ਤੇ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮੁਲਰੋਨੀ ਦਾ 84 ਸਾਲ ਦੀ ਉਮਰ 'ਚ ਦੇਹਾਂਤ। ਮੁਲਰੋਨੀ ਦੇਸ਼ ਦੇ 98ਵੇਂ ਪ੍ਰਧਾਨ ਮੰਤਰੀ ਸਨ। ਕੈਨੇਡਾ 'ਚ ਭਾਰੀ ਬਰਫ਼ਬਾਰੀ ਕਾਰਨ ਹਾਦਸਾ, 20 ਗੱਡੀਆਂ ਦੀ ਹੋਈ ਟੱਕਰ, ਕਈ ਲੋਕ ਹੋਏ ਜ਼ਖਮੀ। ਕੈਨੇਡਾ ਨੇ ਇੱਕ ਵਾਰ ਫਿਰ ਮੰਦੀ ਨੂੰ ਦਿੱਤੀ ਮਾਤ। GDP ਵਿੱਚ 1% ਹੋਇਆ ਵਾਧਾ ਅਤੇ ਸਰੀ ਦੇ ਸਕੂਲਾਂ ਦੀ ਸਮਾਂ ਸਾਰਣੀ ਵਿੱਚ ਹੋਣਗੀਆਂ ਤਬਦੀਲੀਆਂ। ਆਬਾਦੀ ਵਧਣ ਨਾਲ ਸਰੀ ਦੇ ਸਕੂਲਾਂ 'ਤੇ ਵਧਿਆ ਦਬਾਅ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ TV ਪੰਜਾਬ।